ਫਾਜ਼ਿਲਕਾ ਪੁਲਿਸ ਨੇ ਟੈਕਸੀ ਸਟੈਂਡ ਤੇ ਨਸ਼ਾ ਵਿਰੋਧੀ ਦਿਵਸ ਦੇ ਮੌਕੇ ਤੇ ਲਗਾਇਆ ਸੈਮੀਨਾਰ, ਲੋਕਾਂ ਨੂੰ ਕੀਤਾ ਨਸ਼ਿਆਂ ਦੇ ਖਿਲਾਫ ਜਾਗਰੂਕ। ਫਾਜ਼ਿਲਕਾ ਪੁਲਿਸ ਵੱਲੋਂ ਅੱਜ ਨਸ਼ਾ ਵਿਰੋਧੀ ਦਿਵਸ ਦੇ ਮੌਕੇ ਤੇ ਟੈਕਸੀ ਸਟੈਂਡ ਤੇ ਜਾ ਕੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿੱਥੇ ਉਹਨਾਂ ਵੱਲੋਂ ਟੈਕਸੀ ਡਰਾਈਵਰਾਂ ਅਤੇ ਆਮ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਫਾਜ਼ਿਲਕਾ ਦੇ DSP ਜੋਰਾ ਸਿੰਘ ਅਤੇ ਥਾਣਾ ਸਦਰ ਦੇ SHO ਬਲਵਿੰਦਰ ਸਿੰਘ ਟੋਰੀ ਵੀ ਮੌਜੂਦ ਸਨ, ਜਿਨ੍ਹਾਂ ਵੱਲੋਂ ਨਸ਼ਿਆਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਨਸ਼ਾ ਨਾ ਕਰਨ ਦੀ ਸਲਾਹ ਲੋਕਾਂ ਨੂੰ ਦਿੱਤੀ ਗਈ। ਇਸ ਮੌਕੇ ਤੇ DSP ਜੋਰਾ ਸਿੰਘ ਨੇ ਕਿਹਾ ਕਿ ਨਸ਼ਾ ਇਨਸਾਨੀ ਜ਼ਿੰਦਗੀ ਦੇ ਲਈ ਕਾਫੀ ਖਤਰਨਾਕ ਹੈ, ਇਸ ਲਈ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਨਸ਼ੇ ਦਾ ਕਾਰੋਬਾਰ ਕਰਦੇ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਏ। ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ ਜਾਏਗਾ ਅਤੇ ਉਸਨੂੰ ਇਨਾਮ ਵੀ ਦਿੱਤਾ ਜਾਏਗਾ। ਤੁਹਾਨੂੰ ਵੀ ਪਤਾ ਹੋਏਗਾ ਵੀ ਅੱਜ ਪੂਰੇ ਵਰਲਡ ਦੇ ਵਿੱਚ ਡਰੱਗ ਅਬਿਊਸ ਡੇ ਮਨਾਇਆ ਜਾ ਰਿਹਾ, ਉਹਦੇ ਆਧਾਰ 'ਤੇ ਅੱਜ ਅਸੀਂ ਵੀ ਇੱਥੇ ਆਪਣੇ ਪਬਲਿਕ ਨੂੰ ਇੱਥੇ ਅਸੀਂ ਇਕੱਠੇ ਹੋ ਕੇ ਇਹਨਾਂ ਨੂੰ ਨਸ਼ਿਆਂ ਤੋਂ ਸੁਚੇਤ ਕੀਤਾ ਗਾ। ਹੋਰ ਵੱਖ ਵੱਖ ਥਾਈਂ ਅਸੀਂ ਨਸ਼ੇ ਰਿਗਾਰਡਿੰਗ ਸੈਮੀਨਾਰ ਕੀਤੇ ਗਏ ਨੇ ਅਤੇ ਅਸੀਂ ਇਹਨਾਂ ਨੂੰ ਪਬਲਿਕ ਨੂੰ ਨਸ਼ਿਆਂ ਦੇ ਸੰਬੰਧੀ ਇਹਨਾਂ ਨੂੰ ਜਾਗਰੂਕ ਕੀਤਾ ਗਾ। ਕਿਸ ਤਰ੍ਹਾਂ ਦਾ ਮੁਹਿੰਮ ਇਹਦਾ ਤੁਹਾਨੂੰ ਲੱਗਦਾ ਵੀ ਤੁਹਾਡੀ ਜਾਗਰੂਕ ਕਰਨ ਲੋਕਾਂ ਨੂੰ ਫਰਕ ਹੋਊਗਾ ਜੀ? ਮੈਨੂੰ ਪੂਰਨ ਵਿਸ਼ਵਾਸ ਹੈ ਜੋ ਇਹਨਾਂ ਨਾਲ ਮੈਂ ਕੁਛ ਟਾਈਮ ਆਪਣਾ ਸਮਾਂ ਬਿਤਾਇਆ, ਸਾਂਝਾ ਕੀਤਾ ਇਹਨਾਂ ਨਾਲ, ਆਪਣੀਆਂ ਗੱਲਾਂ ਦੱਸੀਆਂ, ਆਪਣੇ ਪਰਸਨਲ ਆਪਦੇ ਤਜਰਬੇ ਦੱਸੇ, ਵੀ ਮੈਨੂੰ ਉਮੀਦ ਹੈ ਵੀ ਇਹ ਮੇਰੀਆਂ ਉਹਨਾਂ ਗੱਲਾਂ 'ਤੇ ਖਰੇ ਉਤਰਨਗੇ ਅਤੇ ਉਹ 'ਤੇ ਇਹ ਅਸਰ ਕਰਨਗੇ। ਅਤੇ ਜੇ ਕੋਈ ਕਿਸੇ ਪਰਿਵਾਰ ਦਾ ਬੰਦਾ ਜਾਂ ਕਿਸੇ ਦੇ ਲਿੰਕ ਦਾ ਕੋਈ ਬੰਦਾ ਇਸ ਤਰ੍ਹਾਂ ਦੀ ਬਿਮਾਰੀ ਨਾਲ ਜੂਝ ਰਿਹਾ ਤਾਂ ਉਹਦੇ ਲਈ ਮਦਦ ਲਈ ਕੀ ਕੀਤਾ ਜਾਏਗਾ? ਮੈਂ ਇਹਨਾਂ ਨੂੰ ਆਪਣਾ ਪਰਸਨਲ ਨੰਬਰ ਵੀ ਦਿੱਤਾ ਗਾ। ਮੈਂ ਇਹਨਾਂ ਨੂੰ ਹੁਣ ਫਿਰ ਦੁਬਾਰਾ ਫਿਰ ਖੁੱਲ੍ਹ ਕੇ ਆਵਾਜ਼ 'ਚ ਕਹਿੰਦਾ, ਜੇ ਕੋਈ ਇਸ ਤਰ੍ਹਾਂ ਦੀ ਦਲਦਲ ਵਿੱਚ ਹੈਗਾ ਤਾਂ ਆਪਾਂ ਨੂੰ ਉਹਨੂੰ ਉਸ ਦਲਦਲ 'ਚੋਂ ਕੱਢਣਾ ਆਪਣਾ ਫਰਜ਼ ਹੈ ਅਤੇ ਉਹ ਸਾਨੂੰ ਦੱਸਣ ਇਸ ਤਰ੍ਹਾਂ ਦਾ, ਆਪਾਂ ਉਹਨੂੰ ਉਹਦਾ ਕੋਈ ਮੈਡੀਕਲੀ ਕੋਈ ਉਹਨੂੰ ਸਹਾਇਤਾ ਦੀ ਲੋੜ ਹੈ ਉਹ ਅਸੀਂ ਕਰਵਾਵਾਂਗੇ, ਜਾਂ ਕਿਸੇ ਉਹਨੂੰ ਦਾਖਲ ਕਰਾਉਣ ਦੀ ਲੋੜ ਹੈ ਨਸ਼ਾ ਮੁਕਤੀ ਕੇਂਦਰ ਵਿੱਚ ਉਹ ਵੀ ਕਰਵਾਵਾਂਗੇ। ਅਕਸਰ ਇੱਥੇ ਜਾਂਦਾ ਵੀ ਆਮ ਬੰਦੇ ਵਿੱਚ ਨਾ ਇੱਕ ਡਰ ਬਣਿਆ ਹੋਇਆ ਵੀ ਜੇ ਪੁਲਿਸ ਨੂੰ ਦੱਸਤਾ ਵੀ ਫਲਾਣਾ ਬੰਦਾ ਨਸ਼ਾ ਕਰਦਾ ਤਾਂ ਹੋ ਸਕਦਾ ਵੀ ਸਾਡੀ ਉਹ ਪਰਿਵਾਰ ਨੂੰ ਦੁਸ਼ਮਣੀ ਪੈ ਜਾਵੇ ਅਤੇ ਜਾਂ ਸਾਨੂੰ ਉਹਦੇ ਨਾਲ ਭੁਗਤਣੀ ਪਵੇ ਜਾਂ ਸਾਡੇ ਨਾਲ ਘਰ ਆ ਕੇ ਉਹ ਖਰਾਬੀ ਕਰੇ, ਕੀ ਇਸ ਤਰ੍ਹਾਂ ਦਾ? ਇਹ ਉਹਨਾਂ ਨੂੰ ਡਰਨ ਦੀ ਲੋੜ ਨਹੀਂ, ਇੱਕ ਪਹਿਲਾਂ ਵੀ ਦੱਸਿਆ ਵੀ ਜੇ ਮੰਨ ਲਓ ਕਿਸੇ ਦਾ ਪੜੋਸੀ ਦਾ ਜਾਂ ਤੀਸਰੇ ਥਰਡ ਪਰਸਨ ਦਾ ਕਿਸੇ ਦਾ ਬੱਚਾ ਕੋਈ ਨਸ਼ਾ ਕਰਦਾ ਅਤੇ ਕਿਸੇ ਬੰਦੇ ਨੂੰ ਪਤਾ ਲੱਗ ਜਾਂਦਾ, ਉਹ ਸ਼ਿਕਾਇਤ ਨਾ ਸਮਝੋ, ਉਹ ਸਾਨੂੰ ਦੱਸੋ, ਉਹਦਾ ਨਾਮ ਬਿਲਕੁਲ ਗੁਪਤ ਰੱਖਿਆ ਜਾਊਗਾ, ਉਹ ਜਾਗਰੂਕ ਨਹੀਂ ਕੀਤਾ ਜਾਊਗਾ, ਉਹਦੇ ਅੰਦਰ ਖਾਤੇ ਉਹ ਉਸ ਦਲਦਲ 'ਚੋਂ ਕੱਢਿਆ ਜਾਵੇ। ਇਹ ਮਤ ਸਮਝੋ, ਮੈਂ ਕਿਹਾ ਵੀ ਅੱਜ ਕਿਸੇ ਪੜੋਸੀ ਦਾ ਬੱਚਾ ਜਾਂ ਕਿਸੇ ਇਹਨਾਂ ਦੇ ਸਰੀਕ ਦਾ ਬੱਚਾ ਕਿਸੇ ਨਸ਼ੇ ਦੇ ਵਿੱਚ ਲੱਗਿਆ ਹੋਇਆ, ਉਹ ਬਿਮਾਰੀ ਕੱਲ੍ਹ ਆਪਦੇ ਘਰ ਵੀ ਆ ਸਕਦੀ ਹੈ। ਥੈਂਕ ਯੂ ਸਰ।